बिस्मिल्लाहिर्रहमानिर्रहीम, अस्सलाम वालेकुम जी मेरी प्यारी यूट्यूब फैमिली। तुसी देख रहे हो मेरा यूट्यूब चैनल आमना शहजादी। ते मेरी दुआ वा तुसी जिथे रहो हमेशा हंसते रहो, वास्ते रहो, खुश ते आबाद रहो। अल्लाह तबीब सदके सारिया के घर बच बरकत पाए। अगर कोई बीमार है अल्लाह तबीब सदके उन्होंने तंदुरुस्ती और लंबी जिंदगी अता फरमाए। आमीन सुम आमीन। ते आदा व्लॉग बड़ा मजेदार होने वाला वा, क्योंकि अज मेरा भाई हैगा वा थोड़ा जे तुहानू मिलावांगे। तुहानू असीं आपे कबूतर ते तितर दोनों जोड़ियां दिखावांगे। हाँ जी वीरो, एक टेंशन बन गई थी ते उस टेंशन दा सरप्राइज जो है बहुत वड्डा सी, जिहनू मैनू बहुत ज्यादा खुशी थी। इन्नी ज्यादा खुशी सी कि कैंसल हो गई। भाई कल पुछदे आ की मसला बनिया सी की नहीं। चलो हुण पुछदे आ। मेनू बहुत ही शौक है जानवर पालन दा, कबूतर वगैरा तोते वगैरा। इंशाल्लाह आस्ता आस्ता हर चीज लवांगे। इंशाल्लाह थोड़ा जिहा भाई कुछ कहते तो नहीं? नहीं नहीं, चित्र कबूतर बाहर कर दे पर हजार मिनट। हां जी वीरो, भाई जड़े ने कबूतर बाहर काट रहे ने। तो कबूतर एक बार डर दे ने ना कल ही। हां जी न्यू न्यू है ऐसे ही आस्ता आस्ता फिर रहन दे। आएंगे पे रहन ना पे आदत पै जाएगी, फिर आप इन्हें नहीं धक्का करेंगे। हाँ, क्योंकि फिर जेड़े तो जगह बनावांगे ना। हां जी फिर और ले आवांगे। हां फिर और ले ते अंडे वगैरह भी लांदे आ। हां बड़ी जल्दी है बाहर आर धागा फसिया डर। हाँ जी वीरान, बाइकल पौधे कबूतर जड़े से पैर से ना लाटे आ गए थी ना धागा ना पैला पैर ना लिटे हुए। पर शुक्र है बच गया, मसला नहीं बनया। बाइकल होने पर पूछते हैं जरा बड़ा सरप्राइज आने वाले थे। हाँ जी भाई, उस सरप्राइज का की बनया? ਉਹ ਦਸਾ ਸਰਪ੍ਰਾਈਜ਼ ਦਾ ਇਹ ਮਸਲਾ ਬਣਿਆ ਕਿ ਜਦੋਂ ਉਸ ਮੁੰਡੇ ਨਾਲ ਸੌਦਾ ਹੋਇਆ ਸੀ ਨਾ, ਤੇ ਉਹਦੇ ਨਾਲ ਮੁੱਕਿਆ ਸੀ ਸਾਰੀ ਪੇਮੈਂਟ ਤਕਰੀਬਨ 34,65,000 ਰੁਪਏ ਦੇ ਅੰਦਰ ਉਹਦੇ ਨਾਲ ਸੌਦਾ ਹੋਇਆ ਸੀ। ਉਸ ਤੋਂ ਬਾਅਦ ਜਦੋਂ ਉਹਦੇ ਨਾਲ ਉੱਥੇ ਪਹੁੰਚਿਆ ਤੇ ਫਿਰ ਉਸ ਤੋਂ ਬਾਅਦ ਉਹਦਾ ਜ਼ਿਹਨ ਬਦਲ ਗਿਆ। ਕਹਿ ਰਿਹਾ ਕਿ ਮਾਰਕੀਟ ਦਾ ਰੇਟ ਜ਼ਿਆਦਾ ਹੋ ਗਿਆ ਤੇ ਤੁਸੀਂ ਮਜ਼ੀਦ ਵਿੱਚ ਹੋਰ ਪੈਸੇ ਇਨਵੈਸਟ ਕਰੋ। ਉਹਦੇ ਨਾਲ ਗੱਲ ਇਹ ਕੀਤੀ ਸੀ ਕਿ ਤੁਹਾਡਾ ਸਾਡਾ ਸੌਦਾ 2 ਦਿਨ ਦਾ ਹੋਇਆ ਹੋਇਆ ਸੀ ਪਹਿਲੇ। ਜਦੋਂ ਤੁਹਾਡੇ ਨਾਲ ਸਾਡਾ ਸੌਦਾ ਹੋਇਆ, ਮਾਰਕੀਟ ਦਾ ਰੇਟ ਹੈ 34,60,000 ਜਾਂ 65,000 ਰੁਪਇਆ। ਅਸੀਂ ਇਹਦੇ ਮੁਤਾਬਕ ਹੀ ਪੈਸੇ ਦੇਣੇ ਨੇ, ਔਰ ਜਿਹੜੀ ਚੀਜ਼ ਅਸੀਂ ਉਹਨਾਂ ਨੂੰ ਖਰੀਦਣਾ ਚਾਹੁੰਦੇ ਸੀ ਸਾਨੂੰ ਉਹ ਹੋਰ ਨਹੀਂ ਦਿੰਦੇ ਸੀ। ਇੰਨੀ ਪੇਮੈਂਟ ਦੇਣ ਦੇ ਬਾਵਜੂਦ ਵੀ ਉਹ ਚੀਜ਼ ਵਿੱਚ ਹੋਰ ਦੇ ਰਹੇ ਸੀ। ਉਹ ਚੀਜ਼ ਇਹ ਸੀ, ਤੁਹਾਨੂੰ ਪਤਾ ਕਿ ਆਪਾਂ ਟਰੈਕਟਰ ਸੇਲ ਕੀਤਾ ਤਾਂ ਟਰੈਕਟਰ ਹੀ ਲੈ ਕੇ ਆਉਣਾ ਸੀ। ਉਹ ਟਰੈਕਟਰ ਦੀਆਂ ਕੁਝ ਕੁਆਲਿਟੀਆਂ ਨੇ, ਇੱਕ ਪੈਂਥਰ ਦੇ ਟਾਇਰਾਂ 'ਚ, ਇੱਕ ਜਰਨਲ ਦੇ, ਇੱਕ ਸਰਵਿਸ ਦੇ। ਅਸੀਂ ਲੈਣਾ ਸੀ ਸਰਵਿਸ ਦੇ ਟਾਇਰਾਂ ਦੇ ਵਿੱਚ। ਉਹ ਸਰਵਿਸ ਦੇ ਟਾਇਰਾਂ ਮਹਿੰਗਾ ਸੀ ਅਤੇ ਜਿਹੜਾ ਪੈਂਥਰ ਸੀ ਉਹ ਲੋਕਲ ਟਾਇਰ ਹੈ, ਉਸ ਲੋਕਲ ਟਾਇਰ ਦੇ ਵਿੱਚ ਸਾਨੂੰ ਟਰੈਕਟਰ ਉਹ ਦਿੰਦੇ ਸੀ। ਇਸ ਗੱਲੋਂ ਜਿਹੜਾ ਕਿ ਮੇਨ ਤਾਂ ਬੜੀ ਸੀ, 0 ਮੀਟਰ ਲੈਣਾ ਸੀ। ਉਹ ਜਿਹੜੇ ਸ਼ੋਰੂਮ 'ਤੇ ਗਏ ਸੀ ਉਹਨਾਂ ਨਾਲ ਡੀਲ ਹੋਈ ਸੀ, ਲੇਕਿਨ ਉਹ ਕਹਿ ਰਹੇ ਨੇ ਕਿ ਬੁਕਿੰਗ ਰੇਟ 34,65,000 ਹੈ ਅਤੇ ਪੇਮੈਂਟ ਜੇ ਬੁਕਿੰਗ ਦਾ ਮਤਲਬ ਹੈ ਕਿ 1 ਮਾਹ ਜਾਂ 1.5 ਮਾਹ ਪਹਿਲੇ ਪੈਸੇ ਬੁੱਕ ਕਰਾਵਾਂਗੇ ਅਤੇ ਟਰੈਕਟਰ ਆਪਾਂ ਨੂੰ। ਅਤੇ ਅਸੀਂ ਲੈਣਾ ਸੀ ਅਰਜੈਂਟ, ਆਪਾਂ ਉਸੇ ਵੇਲੇ ਹੀ ਘਰ ਲੈ ਕੇ ਆਉਣਾ ਸੀ। ਇਸ ਗੱਲੋਂ ਆਪਣਾ ਉਹਦੇ ਨਾਲ ਪ੍ਰੋਗਰਾਮ ਜਿਹੜਾ ਸੀ ਉਹ ਖਤਮ ਹੋ ਗਿਆ, ਪ੍ਰੋਗਰਾਮ ਵੜ ਗਿਆ। ਵੀਰੋ ਸਾਡਾ ਪ੍ਰੋਗਰਾਮ ਜਿਹੜਾ ਸੀ ਉਹ ਤਾਂ ਵੜ ਗਿਆ। ਤੁਹਾਨੂੰ ਪਤਾ ਚੱਲਿਆ ਕਿ ਪ੍ਰੋਗਰਾਮ ਇਦਾਂ ਵੜਦਾ ਹੀ ਵੜਦਾ ਹੈ। ਸ਼ਾਜ਼ੀਆ ਦਾ ਜਿਹੜਾ ਸਰਪ੍ਰਾਈਜ਼ ਸੀ ਫਿਰ ਉਹ ਤੇ ਖਰਾਬ ਹੀ ਹੋਣਾ ਸੀ, ਕਿਉਂਕਿ ਕੋਸ਼ਿਸ਼ ਤੇ ਬੜੀ ਕੀਤੀ ਸੀ। ਕੱਲ ਇਸ ਟਾਈਮ ਗਏ ਸੀ ਤਕਰੀਬਨ, ਅੱਲਾ ਕਰੇਗਾ ਮਿਲ ਜਾਏਗਾ ਟਰੈਕਟਰ, ਪਰ ਨਹੀਂ ਮਿਲਿਆ। ਹੁਣ ਵੇਖੋ ਮਹੀਨਾ ਲੱਗਦਾ ਜਾਂ 2 ਲੱਗਦੇ ਨੇ, ਕੀ ਪਤਾ 10 ਦਿਨਾਂ ਦੇ ਅੰਦਰ ਮਿਲ ਜਾਏ ਟਰੈਕਟਰ। ਤੇ ਫਿਲਹਾਲ ਕੁਛ ਕਹਿ ਨਹੀਂ ਸਕਦੇ ਆ, ਬਕਾਇਦਾ ਅੱਲਾ ਖੈਰ ਕਰੇਗਾ। ਹਾਂਜੀ ਵੀਰੋ, ਹੁਣ ਦੁਆ ਵਗੈਰਾ ਕਰੋ ਕਮੈਂਟ 'ਚ ਕਿ ਅੱਲਾਹ ਕਰੇ 10 ਜਾਂ 15 ਦਿਨਾਂ 'ਚ ਸਾਨੂੰ ਸਾਡਾ ਟਰੈਕਟਰ ਦਾ ਅੱਛੇ ਅੱਛੇ ਮੁਨਾਫੇ ਅੱਛੇ ਅੱਛੇ ਪੈਸੇ ਨਾਲ ਮਿਲ ਜਾਏ। ਕਿਉਂਕਿ ਜਿਹੜਾ ਪਹਿਲਾ ਟਰੈਕਟਰ ਸੀਗਾ, ਕਿੰਨੀ ਦਿਨ ਮੈਂ ਵਲੋਗ 'ਚ ਲੈ ਕੇ ਵੀ ਆਈ ਸੀਗੀ, ਉਹ ਜਿਹੜਾ ਸੀ ਉਹ ਅਸੀਂ ਸੇਲ ਕਰਤਾ ਸੀਗਾ। ਅਤੇ ਆਹ ਸਾਡੇ ਕਬੂਤਰ ਨੇ ਇੰਜੋਏ ਕਰ ਰਹੇ। ਅਤੇ ਹੁਣ ਮੈਂ ਸੋਚਿਆ ਮੈਂ ਮਿੰਨੀ ਜੂ ਬਣਾ ਲੈਣਾ ਵਾ, ਕਬੂਤਰ ਵਗੈਰਾ ਸਾਰੇ ਪਰਿੰਦੇ ਮੈਂ ਰੱਖਣੇ ਆ। ਮਾਸ਼ਾਅੱਲਾ ਬੜੇ ਮੈਨੂੰ ਪਿਆਰੇ ਆ, ਬੜਾ ਪਿਆਰ ਆ ਮੈਨੂੰ।
ਹੁੰਦੇ ਆ ਨਾ ਜੀ ਬਹੁਤ ਹੀ ਪਿਆਰੇ ਲੱਗਦੇ ਆ ਤੇ ਕਬੂਤਰ ਹੁਣ ਮੈਨੂੰ ਪਕੜਨੇ ਆ ਕਿਸੇ ਤੇ ਕਿ ਉਹਨੂੰ ਲੈ ਕੇ ਇਹ ਕੱਲ ਪਰਸੂ ਪਕੜੇ ਨੇ ਤੇ ਖੰਭ ਵਗੈਰਾ ਪੱਟੇ ਨੇ ਅੱਜ ਜਾਂ ਨਾ 10 ਮਿੰਟ ਛੱਡਦੇ ਨੇ ਤਿੱਤਰ ਤੇ ਬੜੀ ਦੇਰ ਦੇ ਨੇ ਆਂਦੇ ਸੀ ਇਹ ਜਿਹੜਾ ਤਿੱਤਰ ਹੈ ਇਹ ਪਾਰ ਫਿਰਦਾ ਰਹਿੰਦਾ ਇਹਦਾ ਕੋਈ ਮਸਲਾ ਨਹੀਂ ਹੈਗਾ ਲੇਕਿਨ ਜਿਹੜੀ ਤਿੱਤਰੀ ਹੈ ਉਹ ਜਿਹੜਾ ਤੇ ਡਰਦੀ ਵੀ ਹੈ ਉਹ ਉੱਡ ਵੀ ਜਾਏਗੀ ਤਿੱਤਰ ਬਾਹਰ ਕੱਢਦੇ ਆ ਸ਼ਾਇਦ ਇਹ ਪਾਣੀ ਲੈ ਕੇ ਆਉਂਦੇ ਤਿੱਤਰ ਤਿੱਤਰੀ ਵੀ ਬਾਹਰ ਆ ਜਾਏਗੀ ਤਿੱਤਰੀ ਦਾ ਬਹੁਤ ਖਤਰਾ ਹੈ ਗਵਾਰੀ ਤਿੱਤਰੀ ਉੱਡ ਗਈ ਤੇ ਫਿਰ ਕਦੇ ਨਹੀਂ ਹੱਥ ਆਉਣੀ ਤਿੱਤਰ ਜਿਹੜਾ ਉਹ ਬਾਹਰ ਖੁਦ ਆ ਜਾਏਗਾ ਇੱਕ ਦਾ ਫੋੜ ਗਈ ਸੀ ਸਾਡੇ ਹੱਥ ਹੀ ਨਹੀਂ ਆਏ ਸੀ ਬਸ ਸ਼ੁਕਰ ਆ ਮੇਰਾ ਅਸੀਂ ਪਕੜ ਲਈ ਸੀ ਰੋਡੇ ਦੇ ਵਲੋਗ ਦਾ ਸ਼ੌਕ ਲੱਗ ਗਿਆ ਕਹਿੰਦੀ ਵਲੋਗ ਬਣਾਉਣਾ ਮੈਂ ਕਿਹਾ ਚਲੋ ਜੀ ਕਹਿੰਦੀ ਇਜਾਜ਼ਤ ਦਿਓ ਮੈਂ ਕਿਹਾ ਇਜਾਜ਼ਤ ਤਾਂ ਦੇ ਦਿਆਂਗੇ ਲੇਕਿਨ ਫਿਰ ਭਾਈ ਇਜਾਜ਼ਤ ਲੈ ਹੀ ਲਈ ਵਲੋਗ ਦੀ ਵੀ ਸ਼ਾਦੀਆਂ ਨੇ ਬਹੁਤ ਮੁਸ਼ਕਲ ਜੀ ਪਹਿਲੇ ਪਾਪਾ ਕੋਲ ਜ਼ਿਆਦਾ ਸਹੀ ਫਿਰ ਭਾਈ ਕਹਿੰਦੇ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੈਨੂੰ ਨਾ ਬਹੁਤ ਹੀ ਸ਼ੌਕ ਸੀਗਾ ਬਸ ਇੱਕ ਇਹਨਾਂ ਅਲੀ ਦੇਖ ਦੇਖ ਕੇ ਇੱਕ ਬੰਦੇ ਸ਼ੌਕ ਹੋ ਜਾਂਦਾ ਵਾ ਇੱਕ ਚੀਜ਼ ਦਾ ਕਿ ਮੇਰਾ ਵੀ ਦਿਲ ਕਰਨ ਲੱਗ ਪਿਆ ਫਿਰ ਮੰਮਾ ਪਾਪਾ ਨਾਲ ਥੋੜ੍ਹੀ ਬਹੁਤ ਬਹਿਸ ਕੀਤੀ ਉਹ ਮੰਨ ਗਏ ਫਿਰ ਮੰਮਾ ਕਹਿੰਦੇ ਆਦਤ ਭਾਈ ਨਾ ਤੁਸੀਂ ਆਪੇ ਗੱਲ ਕਰਨੀ ਅਸੀਂ ਕੁਛ ਨਹੀਂ ਕਹਿਣਾ ਤੇ ਕਹਿਣਗੇ ਫਿਰ ਉਹਨਾਂ ਖੁਦ ਕਿਹਾ ਵਾ ਮੈਂ ਕਿਹਾ ਚਲੋ ਠੀਕ ਆ ਮੈਂ ਖੁਦ ਕਰਾਂਗੀ ਫਿਰ ਭਾਈ ਦੇ ਪਿੱਛੇ ਅਸੀਂ ਪੂਰਾ ਇੱਕ ਮਹੀਨਾ ਤਕਰੀਬਨ 2 ਲੱਖ ਰੁਪਏ ਸ਼ਾਦੀਆਂ ਦੇ ਮੋਬਾਇਲ ਤੇ ਲੱਗ ਗਿਆ ਸੀ ਤੇ ਫਿਰ ਸ਼ਾਦੀਆਂ ਨੂੰ ਮੋਬਾਇਲ ਵੀ ਲਿਆ ਕੇ ਦਿੱਤਾ ਅਜੇ ਤੇ ਕਹਿ ਰਹੀ ਹੈ ਇਸ ਤੋਂ ਹੋਰ ਲਿਆ ਦਿਓ ਚੰਗਾ ਮੋਬਾਇਲ ਮੈਂ ਕਿਹਾ ਅਜੇ ਮਿਹਨਤ ਕਰੇਂਗੇ ਤੇ ਇਨਸ਼ਾਅੱਲਾ ਲਾਜ਼ਮੀ ਲਿਆ ਦਿਆਂਗੇ ਲੇਕਿਨ ਸ਼ਾਦੀਆਂ ਨੂੰ ਸਪੋਰਟ ਕਰੋ ਜਿਹੜਾ ਤੇ ਇਹਦੀ ਮਿਹਨਤ ਪੱਲੇ ਪਵੇ ਤੇ ਇਹ ਤੁਹਾਨੂੰ ਅੱਛੀਆਂ ਅੱਛੀਆਂ ਵੀਡੀਓ ਜਿਹੜਾ ਤੇ ਅਪਲੋਡ ਕੀਤਾ ਕਰੇ ਮਿਹਨਤ ਬਹੁਤ ਕਰ ਰਹੀ ਆ ਪੜ੍ਹਦੀ ਵੀ ਘਰ ਦੇ ਕੰਮ ਵੀ ਕਰਦੀ ਹੈ ਤੇ ਜਿਹੜਾ ਤੇ ਵਲੋਗਿੰਗ ਵੀ ਕਰ ਰਹੀ ਹੈ ਤੇ ਕੋਈ ਨਹੀਂ ਅੱਲਾ ਇਹਨੂੰ ਕਾਮਯਾਬ ਕਰੇ ਹਾਂਜੀ ਵੀਰੋ ਭਾਈ ਦੀਆਂ ਸਾਰੀਆਂ ਗੱਲਾਂ ਤੁਸੀਂ ਸੁਣਿਆ ਵਾ ਤੇ ਹੁਣ ਤੁਸੀਂ ਮੈਨੂੰ ਫਸਟ ਸਪੋਰਟ ਕਰਨਾ ਵਾ ਫਸਟ ਸਪੋਰਟ ਅਗਰ ਮੇਰੇ ਪਿਆਰੇ ਭੈਣ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਲਾਈਕ ਦਾ ਬਟਨ ਦਬਾ ਦਿਓ ਕਮੈਂਟ 'ਚ ਲਾਜ਼ਮੀ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕੈਸੀ ਲੱਗੀ ਦੁਆਵਾਂ 'ਚ ਹਮੇਸ਼ਾ ਯਾਦ ਰੱਖਿਓ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ ਅੱਲਾ ਹਾਫਿਜ਼